ਭਾਰਤੀ ਫੌਜ ਵਿੱਚ ਭਰਤੀ ਚੱਲ ਰਹੀ ਹੈ, ਇਸ ਤਹਿਤ ਪੁਜਾਰੀ, ਪੰਡਿਤ, ਮੌਲਵੀ ਤੇ ਭਿਕਸ਼ੂ ਤੇ ਗ੍ਰੰਥੀ ਦੀ ਭਰਤੀ ਕੀਤੀ ਜਾਵੇਗੀ। ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 22 ਮਾਰਚ ਹੈ। ਫੌਜ ਵਿੱਚ ਧਾਰਮਿਕ ਗੁਰੂਆਂ ਨੂੰ ਜੂਨੀਅਰ ਕਮਿਸ਼ਨ ਆਫਿਸਰ ਦਾ ਦਰਜਾ ਮਿਲੇਗਾ। ਆਰਮੀ ਵਿੱਚ ਧਾਰਮਿਕ ਪ੍ਰਤੀਨਿਧੀ JCO 2024 ਲਈ www.joinindianarmy.nic.in ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਅੱਜ ਹੀ ਪੋਰਟਲ ਖੋਲ੍ਹਿਆ ਗਿਆ ਹੈ। ਧਾਰਮਿਕ ਪ੍ਰਤੀਨਿਧਾਂ ਲਈ 3 ਪੜਾਅ ਹੋਣਗੇ। ਫੇਜ਼ 1 ਆਨਲਾਈਨ ਮੋਡ ਵਿੱਚ ਕੰਪਿਊਟਰ ਆਧਾਰਿਤ ਟੈਸਟ ਹੋਵੇਗਾ। ਪਾਸ ਹੋਣ ਵਾਲੇ ਫੇਜ਼ 2 ਯਾਨੀ ਭਰਤੀ ਰੈਲੀ ਵਿੱਚ ਹਿੱਸਾ ਲੈਣਗੇ, ਜਿਸ ਵਿੱਚ ਸਰੀਰਕ ਅਤੇ ਮੈਡੀਕਲ ਟੈਸਟ ਵੀ ਹੋਣਗੇ। ਆਖਰੀ ਪੜਾਅ ਵਿੱਚ ਇੰਟਰਵਿਊ ਹੋਵੇਗਾ। ਲਿਖਤੀ ਪ੍ਰੀਖਿਆ ਵਿੱਚ ਘੱਟੋ ਘੱਟ 40% ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ। ਗ੍ਰੰਥੀ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਅਤੇ ਪੰਜਾਬੀ ਵਿੱਚ ਗਿਆਨਵਾਨ ਹੋਣਾ ਚਾਹੀਦਾ ਹੈ। ਮੌਲਵੀ ਲਈ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਟ ਵਿੱਚ ਅਰਬੀ ਵਿੱਚ ਆਲਿਮ ਜਾਂ ਉਰਦੂ ਵਿੱਚ ਮਾਹਿਰ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਧਾਰਮਿਕ ਅਧਿਆਪਕ ਵਿੱਚ ਗ੍ਰੈਜੂਏਟ ਦਾ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ।